ਹੰਮ ਰਾਮ ਜੀ ਹੰਮ ਸ਼ਿ ਬੁਲਾਈ ਚੋਲਾ ਪ੍ਰਸੰਗ ਗੁਰੂ ਨਾਨਕ ਜੀ ਯਾਤਰਾ ਕਰਦੇ ਹੋਏ ਹਬਸ਼ ਦੇਸ਼ ਦੇ ਨਜ਼ਦੀਕ ਪਹੁੰਚੇ ਉਸ ਦੇਸ਼ ਦਾ ਰਾਜਾ ਬਹੁਤ ਜ਼ਾਲਮ ਸੀ ਉਹ ਕਿਸੇ ਵੀ Hindu ਨੂੰ ਬੇਕ ਨਹੀ ਸਿਕੰਦਾ ਕੋਈ ਵੀ Hindu ਜੇ ਗੱਤੀ ਨਾਲ ਉਸਦੇ ਰਾਜ ਵਿੱਚ ਪ੍ਰਵੇਸ਼ ਕਰ ਜਾਂਦਾ ਸੀ ਤਾਂ ਉਸ ਨੂੰ ਮਰਵਾ ਦਿੰਦਾ ਸੀ ਜਦੋਂ ਨਾਨਕ ਜੀ ਉਸਦੇ ਰਾਜ ਦੇ ਬਾਹਰ ਪਹੁੰਚੇ ਤਾਂ ਕਾਸ਼ ਮਾਰੂ ਤੇ ਇੱਕ ਬਹੁਤ ਸੁੰਦਰ ਚੋਲਾ ਨਾਨਕ ਜੀ ਦੇ ਗੱਲ ਵਿੱਚ ਪਿਆ ਉਹ ਚੋਲਾ ਬਹੁਤ ਹੀ ਸੁੰਦਰ ਸੀ ਉਸ ਉੱਤੇ ਕੁਰਾਨ ਸ਼ਰੀਫ ਦੇ ਕੁਝ ਅਲਫਾਜ਼ ਸਨ ਅਤੇ ਪੰਜ ਪਸ਼ਾਵਾਂ ਵਿੱਚ ਅੱਖਰ ਲਿਖੇ ਹੋਏ ਸਨ ਤੁਰਕੀ ਹਿੰਦੀ ਸੰਸਕ੍ਰਿਤ ਫਾਰਸੀ ਅਰਬੀ ਇਹ ਪੰਜ ਪਸ਼ਾਵਾਂ ਸੀ ਜਦੋਂ ਕਿਸੇ ਰਾਜ ਦੇ ਇਕ ਦਰਬਾਨ ਨੇ ਗੁਰੂ ਨਾਨਕ ਜੀ ਤੇ ਬਾਲਾ ਮਰਦਾਨਾ ਜੀ ਨੂੰ ਵੇਖਿਆ ਤਾਂ ਉਸਨੇ ਰਾਜੇ ਨੂੰ ਕਿਹਾ ਕਿ ਬਾਰੇ ਇੱਕ ਸੰਤ ਫਕੀਰ ਆਇਆ ਹੈ ਜਿਸ ਦੇ ਗੱਲੇ ਵਿੱਚ ਬਹੁਤ ਸੁੰਦਰ ਚੋਲਾ ਪਿਆ ਹੋਇਆ ਹੈ ਇਹੋ ਜਿਹਾ ਚੋਲਾ ਮੈਂ ਆਪਣੀ ਜ਼ਿੰਦਗੀ ਚ ਕਦੇ ਨਹੀਂ ਵੇਖਿਆ ਇਸ ਦੁਨੀਆ ਦਾ ਨਹੀਂ ਲੱਗਦਾ ਅਦੇ ਕੁਰਾਨ ਸ਼ਰੀਫ ਦੇ ਬਹੁਤ ਸੁੰਦਰ ਅਲਫਾਜ਼ ਉੱਤੇ ਲਿਖੇ ਹੋਏ ਸਨ ਕੁਰਾਨ ਸ਼ਰੀਫ ਦੇ علاوہ ਹੋਰ ਚਾਰ ਪਸ਼ਾਵਾਂ ਵੀ ਉਸ ਚੋਲੇ ਉਤੇ ਅੰਕ੍ਰਿਤ ਹਨ ਜਦੋਂ ਉਸ ਰਾਜੇ ਨੇ ਸ਼ਬ ਸੁਨੇ ਤਾਂ ਉਸਨੇ ਕਿਹਾ ਕਿ ਜਾਓ ਜਾ ਕੇ ਉਸ ਵਕੀਰ ਦੇ ਗਲ ਤੋਂ ਚੋਲਾ ਲਾ ਲਓ ਜਦੋਂ ਸੈਨਿਕ ਗਏ ਉਹਨਾਂ ਨੇ ਕਿਹਾ ਕਿ ਇਸ ਦੇਸ਼ ਦੇ ਰਾਜੇ ਦਾ ਹੁਕਮ ਹੈ ਕਿ ਚੋਲਾ ਤੁਹਾਡੇ ਗਲ ਤੋਂ ਲਾ ਕੇ ਉਸ ਨੂੰ ਦੇ ਦਿੱਤਾ ਜਾਏ ਜਾਂ ਜੇ ਤਾਂ ਤੁਸੀਂ ਹੁਕਮ ਮੰਨੋਗੇ ਤਾਂ ਤੁਹਾਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਜਾਏਗਾ ਜੇ ਹੁਕਮ ਨਾ ਮੰਨੋਗੇ ਤਾਂ ਰਾਜਾ ਤੁਹਾਨੂੰ ਬਹੁਤ ਜ਼ਿਆਦਾ ਦੁੱਖ ਦੇਵੇਗਾ ਨਾਨਕ ਜੀ ਨੇ ਕਿਹਾ ਜੇ ਤੁਸੀਂ ਚੋਲਾ ਲਾ ਸਕਦੇ ਹੋ ਤੇ ਲਾ ਲਓ ਉਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਪਰ ਨਾ ਤਾਂ ਚੋਲਾ ਲੱਥਿਆ ਅਤੇ ਨਾ ਹੀ ਚੋਲਾ ਫਟਿਆ ਉਹ ਸੈਨਿਕ ਬਹੁਤ ਹੈਰਾਨ ਹੋਏ ਫਿਰ ਤੱਕ ਖੜ ਕੇ ਵਾਪਸ ਰਾਜੇ ਕੋ ਗਏ ਰਾਜੇ ਨੂੰ ਕਿਹਾ ਕਿ ਚੋਲਾ ਤੇ ਲੱਥਦਾ ਨਹੀਂ ਤੇ ਫਟਦਾ ਵੀ ਨਹੀਂ ਰਾਜੇ ਨੇ ਕਿਹਾ ਇਹ ਜ਼ਰੂਰ ਕੋਈ ਹਿੰਦੂ ਸੰਤ ਹੈ ਤੁਸੀਂ ਇਸ ਨੂੰ ਪਾਣੀ ਚ ਡਬੋ ਕੇ ਮਾਰ ਦੋ ਤੇ ਚੋਲਾ ਲਾ ਲਓ ਉਹਨਾਂ ਨੇ ਨਾਨਕ ਜੀ ਨੂੰ ਫੜ ਕੇ ਨਦੀ ਵਿੱਚ ਡਬੋਉਣ ਦੀ ਕੋਸ਼ਿਸ਼ ਕੀਤੀ ਵਨ ਹੈਰਾਨ ਕੀਤੀ ਗੱਲ ਨਾ ਤਾਂ ਨਾਨਕ ਜੀ ਦੇ ਚੋਲੇ ਨੂੰ ਪਾਣੀ ਲੱਗਾ ਨਾ ਚੋਲਾ ਗਿੱਲਾ ਹੋਇਆ ਨਾ ਨਾਨਕ ਜੀ ਡੁੱਬੇ ਨਾਨਕ ਜੀ ਜਿਵੇਂ ਧਰਤੀ ਉਤੇ ਚੱਲਦਾ ਹੈ ਉਸੇ ਤਰ੍ਹਾਂ ਨਦੀ ਉਤੇ ਚੱਲਦੇ ਹੋਏ ਦੂਸਰੇ ਪਾਰ ਚਲੇ ਗਏ ਉਸ ਹਨੇ ਫਿਰ ਰਾਜੇ ਕੋ ਆਏ ਉਹਨਾਂ ਨੇ ਕਿਹਾ ਕਿ ਫਕੀਰ ਕੋਈ ਕਰਾਮਾਤ ਹੈ ਇਹ ਤਾਂ ਡੁੱਬਦਾ ਵੀ ਨਹੀਂ ਨਾ ਹੀ ਚੋਲਾ ਗਿੱਲਾ ਹੋਇਆ ਹੈ ਰਾਜੇ ਨੇ ਕਿਹਾ ਕਿ ਇਹਨਾਂ ਨੂੰ ਅਗਨਾਲ ਸਾੜ ਦੋ ਜੇ ਗਿੱਲੇ ਨਹੀਂ ਹੁੰਦੇ ਤੇ ਜਲ ਜ਼ਰੂਰ ਜਾਣਗੇ ਉਹਨਾਂ ਸੈਨਿਕਾਂ ਨੇ ਇਵੇਂ ਹੀ ਕੀਤਾ ਚੀਤਾ ਬਣਾਈ। ਨਾਨਕ ਜੀ ਨੂੰ ਬਿਠਾਇਆ ਤੇ ਅਗ ਲਗਾ ਦਿੱਤੀ। ਸਾਰੀਆਂ ਲੱਕੜਾਂ ਜਲ ਕੇ ਰਾਖ ਹੋ ਗਈਆਂ ਪਰ ਨਾਨਕ ਜੀ ਦਾ ਚੋਲਾ ਤੇ ਨਾਨਕ ਜੀ ਬਿਲਕੁਲ ਸਹੀ ਸਲਾਮਤ ਉਤਰ ਗਏ। ਉਹ ਫਿਰ ਰਾਜੀ ਕੋ ਗਏ। ਉਹਨਾਂ ਨੇ ਕਿਹਾ ਕਿ ਇਹ ਤੇ ਫਕੀਰ ਜਲਦਾ ਵੀ ਨਹੀਂ। ਰਾਜੇ ਨੇ ਕਿਹਾ ਜੇ ਜਲਦਾ ਨਹੀਂ ਤੇ ਪੱਥਰਾਂ ਨਾਲ ਮਾਰ ਦੋ। ਸਾਰੇ ਸੈਨਿਕਾਂ ਨੇ ਪੱਥਰ ਮਾਰ ਮਾਰ ਕੇ ਨਾਨਕ ਜੀ ਬਾਲਾ ਜੀ ਤੇ ਮਰਦਾਨਾ ਮਰਦਾਨਾ ਜੀ ਨੂੰ ਪੱਥਰਾਂ ਦੇ ਢੇਰ ਹੇਠਾਂ ਦਬ ਦਿੱਤਾ। ਉਹਨਾਂ ਨੇ ਸੋਚਿਆ ਕਿ ਹੁਣ ਤਾਂ ਮਰ ਹੀ ਗਏ ਨੇ ਅਤੇ ਵਾਪਸ ਚਲੇ ਗਏ। ਪਰੰਤੂ ਅੰਮ੍ਰਿਤ ਵੇਲੇ ਨਾਨਕ ਜੀ ਆਪਣੇ ਸਥਾਨ ਤੇ ਵਾਪਸ ਬੈਠ ਗਏ। ਜਦੋਂ ਕੁਝ ਲੋਕਾਂ ਨੇ ਉਹਨਾਂ ਨੂੰ ਦੇਖਿਆ ਤੇ ਰਾਜੇ ਨੂੰ ਦੱਸਿਆ ਤੇ ਰਾਜਾ ਬਹੁਤ ਹੈਰਾਨ ਹੋਇਆ। ਮੰਤਰੀ ਵੀ ਘਬਰਾ ਗਏ। ਉਹਨਾਂ ਨੇ ਕਿਹਾ ਇਹ ਕੋਈ ਰੱਬ ਦਾ ਰੂਪ ਨਹੀਂ ਕੋਈ ਕਾਮਲ ਫਕੀਰ ਨਹੀਂ। ਇੰਨੀ ਸ਼ਕਤੀ ਕਿ ਹਾਮ ਇਨਸਾਨ ਆਮ ਸੰਤ ਕੋ ਨਹੀਂ ਹੋ ਸਕਦੀ ਤੁਹਾਡੇ ਲਈ ਚੰਗਾ ਹੀ ਹੋਵੇਗਾ ਕਿ ਇਹਨਾਂ ਦੇ ਚਰਨਾਂ 'ਚ ਟੈਪੋ ਨਹੀਂ ਤਾਂ ਇਹਨਾਂ ਦਾ ਕਰੋਧ ਪੂਰੇ ਰਾਜ ਨੂੰ ਜਲਾ ਕੇ ਪਸਮਕੜ ਦੇਵੇਗਾ ਰਾਜਾ ਬਹੁ ਡਰ ਗਿਆ ਉਸ ਨੂੰ ਆਪਣੇ ਗੁਨਾਹਾਂ ਦਾ ਪਛਤਾਵਾ ਹੋਇਆ ਹੱਥ ਜੋੜ ਕੇ ਨਾਨਕ ਜੀ ਦੇ ਅੱਗੇ ਪੇਸ਼ ਹੋਇਆ ਉਹਦੇ ਨਾਨਕ ਜੀ ਦੇ ਚਰਨਾਂ ਵਿੱਚ ਟੈਪਿਆ ਉਸਨੇ ਰੋ ਕੇ ਨਾਨਕ ਜੀ ਨੂੰ ਕਿਹਾ ਕਿ ਮੇਰੇ ਗੁਨਾਹ ਬਖਸ਼ ਦਿਓ ਮੈਂ ਬਹੁਤ ਮੂਰਖ ਹਾਂ ਤੁਹਾਨੂੰ ਸਮਝ ਨਹੀਂ ਸੀ ਸਕਿਆ ਕਿਰਪਾ ਕਰੋ ਤੁਸੀਂ ਤੇ ਦਇਆ ਦੇ ਰੂਪ ਹੋ ਨਾਨਕ ਜੀ ਨੇ ਕਿਹਾ ਕਿ ਅਸੀਂ ਇੱਕ ਸ਼ਰਤ ਤੇ ਤੈਨੂੰ ਬਖਸ਼ਾਂਗੇ ਜੇ ਤੂੰ ਹਿੰਦੂਆਂ ਨੂੰ ਮਾਰਨਾ ਬੰਦ ਕਰ ਦੇਵੇਂਗਾ ਕਿਸੇ ਵੀ ਪਰਦੇਸੀ ਦਾ ਘਾਤ ਨਹੀਂ ਕਰੇਗਾ ਉਸ ਨੇ ਕਿਹਾ ਕਿ ਜਦੋਂ ਦਾ ਤੁਹਾਡੇ ਦਰਸ਼ਨ ਮੈਂ ਕੀਤੇ ਨੇ ਮੇਰੇ ਅੰਦਰੋਂ ਸਾਰੀ ਬੁਰਾਈ ਖਤਮ ਹੋ ਗਈ ਹੈ ਮੈਂ ਹੁਣ ਕੋਈ ਬੁਰਾ ਕੰਮ ਨਹੀਂ ਕਰਾਂਗਾ ਨਾਨਕ ਜੀ ਨੇ ਕਿਹਾ ਹੁਣ ਧਰਮਸ਼ਾਲਾ ਬਣਾ ਕੇ ਸਵੇਰੇ ਸ਼ਾਮ ਸਤਨਾਮ ਦਾ ਸਿਮਰਨ ਕਰਿਆ ਕਰ ਅਤੇ ਗਰੀਬਾਂ ਨੂੰ ਲੰਗਰ ਸ਼ਕਾਇਆ ਕਰ। ਹੁਣ ਸੇਵਾ ਵਿੱਚ ਹੀ ਆਪਣਾ ਜੀਵਨ ਬਤੀਤ ਕਰੀ। ਆਪਣੇ ਆਪ ਨੂੰ ਦੇਸ਼ ਦਾ ਰਾਜਾ ਨਹੀਂ ਦੇਸ਼ ਦਾ ਸੇਵਕ ਸਮਝੀ। ਅਤੇ ਚੰਗੇ ਕਰਮਾਂ ਨਾਲ ਹੀ ਆਪਣੇ ਜੀਵਨ ਦਾ ਅੰਤ ਕਰੀ। ਉਸ ਨੇ ਕਿਹਾ ਠੀਕ ਹੈ ਨਾਨਕ ਜੀ ਜਿਵੇਂ ਤੁਸੀਂ ਕਰੋਗੇ ਕਹੋਗੇ ਉਵੇਂ ਹੀ ਕਰਾਂਗਾ। ਤੁਸੀਂ ਬਸ ਮੈਨੂੰ ਬਖਸ਼ ਦਿਓ। ਨਾਨਕ ਜੀ ਨੇ ਕਿਹਾ ਠੀਕ ਹੈ। ਉਸ ਦੇਸ਼ ਦੇ ਰਾਜੇ ਨੂੰ ਸਹੀ ਰਸਤੇ ਲਾ ਕੇ ਨਾਨਕ ਜੀ ਅੱਗੇ ਯਾਤਰਾਵਲ ਤੁਰ ਪਏ। ਧੰਨਵਾਦ।